स्वागत है किसान वीरो तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस यूट्यूब चैनल दे वीडियो पहली बार देख रहे हैं उन्हां रिक्वेस्ट आ गई अपने यूट्यूब चैनल जो सबसक्राइब कर लियो। सो किसी भी वीर ने इदा दी ऐड करवाउणी होवे तां मेरा नंबर है 8427-19817। सो अज दी वीडियो विच आपां मेले वाली तुहानूं मैं दिखाउणी है चंगे दुध वाली, ये सेल आ डिटेल इहदे बारे पुछदे आ। सति श्री अकाल भाई जी। सति श्री अकाल जी वीरे, नाम एड्रैस दस्सिओ अपना। नाम हरमनप्रीत सिंह जी, पिंड भदौड़ जिला बरनाला, पति दीप सिंह। ये आ गया अपने मल्लू गल वाला राह, आ गया मल्लू गल वाले राह ते मज्जू गल राह, तुसीं उपर उतर के ते मोबाइल नंबर अपना 2-3 ਤੇ ਫਿਰ ਆਪਾਂ ਮੇਲੇ ਬਾਰੇ ਦੱਸਦੇ ਕਿੱਥੇ ਪਾਈ, ਕਿਹੜੇ ਮੇਲੇ ਦੇ ਪਾਈ ਸੀ? ਮੇਲੇ ਧਨੌਲੇ ਮੇਲੇ 'ਚ ਪਾਈ ਸੀ 2022 'ਚ। ਅੱਛਾ, ਦੁੱਧ 'ਚ ਪਾਈ ਸੀ? ਪਾਈ ਪਹਿਲਾ ਮੇਲਾ ਹੋਇਆ ਜੋ ਦੁੱਧ 'ਚ ਪਾਈ 'ਚ। ਕਿੰਨਾ ਦੁੱਧ ਕੱਢਿਆ ਉੱਥੇ? ਉੱਥੇ ਡਰ ਗਈ ਸੀਗੀ, ਪਹਿਲੀ ਵਾਰ ਲੈ ਗਏ ਸੀ। ਠੀਕ ਹੈ, ਉੱਥੇ ਖੜੀ ਨਹੀਂ ਗਈ। ਠੀਕ ਹੈ, ਉਹ ਕਿੰਨੇ ਦੁੱਧ ਚੱਲਦੀ ਸੀ ਉੱਥੇ? 22 ਲੀਟਰ ਤਿਆਰ ਸੀਗਾ ਜੀ ਉਹਦਾ। ਅੱਛਾ, 22 ਲੀਟਰ ਦੁੱਧ ਤਿਆਰ ਸੀਗਾ ਦੂਜੇ ਸੂਏ ਜਦੋਂ ਸੂਈ ਵੀ ਸੀ ਉਦੋਂ ਤਿਆਰ ਸੀ? ਤਿਆਰ ਸੀ। ਕਹਿੰਦਾ ਭਾਵ ਇੱਥੇ 20 ਕਿਲੋ ਦੁੱਧ ਚੱਲਦੀ ਸੀ ਘਰੇ ਫਿਰ ਆਪਣੇ ਕੋਲ। 20 ਕਿਲੋ ਦੇ ਆਰਾਮ ਨਾਲ ਖੁੱਲ੍ਹ ਡੁੱਲਾ ਜੀ। ਅੱਛਾ, 20 ਕਿਲੋ ਤੇ ਮਣ ਕੇ ਦੇਖਿਆ ਵਾ ਆਪਣਾ? ਹਾਂਜੀ। ਤੇ ਕੋਈ ਬਲਾਕ ਬਲੂਕ ਵਾਲੀ ਚਵਾਈ ਤਾਂ ਨਹੀਂ ਕਰਾਈ ਫਿਰ? ਨਹੀਂ ਨਹੀਂ, ਚਵਾਈ ਕੋਈ ਨਹੀਂ ਕਰਾਈ ਮੇਲੇ ਜੀ ਪਾਈ, ਉਦੋਂ ਖਰਾਬ ਹੋ ਗਈ ਫਿਰ ਇਦੋਂ ਬਾਅਦ ਚ ਕੋਈ। ਠੀਕ ਆ, ਮੇਲੇ ਤੋਂ ਅੱਗੇ ਤੇ ਘੜ ਗਈ ਫੈਕਰ। ਹਾਂ, ਉਦੋਂ ਖਰਾਬ ਹੋ ਗਈ। ਠੀਕ ਆ, ਤੇ ਪਿਛਲੇ ਸੂਏ ਫਿਰ ਕਿੱਥੇ ਗਜਾਵੜੀ ਦੋ ਤੇ? ਇਹ ਅਗਲੇ ਸੂਏ ਕਿਲੋ ਡੇਢ ਤੋਂ ਲੱਪ ਕਰ ਗਈ ਸੀ। ਕਹਿੰਦਾ ਭਾਵ ਵੀ ਅੱਜ ਦੀ ਘੜੀ 20 ਕਿਲੋ ਵਾਲੀ ਬੰਦਾ ਮੈਂ ਮੰਨ ਸਕਦਾ। 20 ਕਿਲੋ ਵਾਲੀ ਖੁੱਲ੍ਹ ਆਰਾਮ ਨਾਲ ਜੀ। ਠੀਕ ਆ, ਅੱਜ ਦਿਨ ਨੈੱਟ ਕਿੰਨੇ ਰਹਿ ਗਏ ਸੂਣ ਦੇ? ਦਿਨ ਲੈ ਕੱਢ ਜੂ ਜੀ 2-3 ਦਿਨ ਹਜੇ। ਠੀਕ ਆ, ਪੁੜੇ ਲਪਾਏ ਨਹੀਂ ਹੋਏ ਹਨਾ, ਟੋਏ ਜੇ ਪੈਣੇ ਸ਼ੁਰੂ ਹੋਏ ਆ। ਵੱਧ ਲੈ ਜੇ ਘੱਟ ਲੈ ਜੇ ਉਹ। ਤੇ ਟੀਕਾ ਕਿਹੜਾ ਭਰਾਇਆ ਇਹਦੇ? ਟੀਕਾ ਇਹਦੇ ਜੀ ਦੇਖ ਲੈਨੇ ਆ। ਕਿਹੜਾ ਸੀਮਾ ਲੱਗਿਆ ਬਾਈ? ਪੀਸੀ 843 ਦਾ ਲੱਗਿਆ ਬਾਈ, ਐਚਐਲਡੀਵੀ ਦਾ। ਐਚਐਲਡੀਵੀ ਦਾ ਹਰਿਆਣਾ। ਠੀਕ ਆ, ਉਹ ਤੋਂ ਕੱਪਣਾ ਫਿਰ ਬੱਚੇ ਪਿਛਲੇ ਸੂਏ ਚ ਵਧੀਆ ਪਾਏ ਹੋਣਗੇ ਨੇ? ਵਧੀਆ ਜੀ, ਬੱਚੇ ਆਪਣੇ ਕੋਲੇ ਉਹ ਖੜੇ ਆ ਜੀ ਇਹਦੇ। ਠੀਕ ਆ, ਅਸੀਂ ਉਹ ਕੱਟਾ ਇਸੇ ਦਾ ਹੀ ਆ। ਉਹ ਕੱਟਾ ਵੀ ਇਸੇ ਦਾ ਹੀ ਆ ਜੀ। ਠੀਕ ਆ, ਬਾਕੀ ਇੱਕ ਦੋ ਝੂਟੇ ਪਾਲ ਲਏ ਹੋਣਗੇ ਜੀ। ਠੀਕ ਆ, ਤੇ ਰੇਟ ਇਹਦਾ ਕੀ ਰੱਖਿਆ ਆਪਾਂ? ਰੇਟ ਜੀ 225। ਮਾਨ ਤਾਣ ਮੌਕੇ ਤੇ ਹੋਊਗਾ? ਮਾਨ ਤਾਣ ਹੋਊਗਾ ਜੀ, ਇੱਕ ਬੇਨਤੀ ਆ, 2 ਤੋਂ ਘੱਟ ਵਾਲੇ ਵੀਰ ਫੋਨ ਨਾ ਲਾਵੇ। ਠੀਕ ਆ, 2 ਤੋਂ ਬਾਹਰ ਹੀ ਵੇਚਣੀ ਆ। 2 ਤੋਂ ਬਾਹਰ। ਤੇ ਜੇ ਕੋਈ ਵੀਰ ਸਾਈ ਕਰਦਾ ਵੀ ਸਾਨੂੰ 20 ਕਿਲੋ ਮਣ ਕੇ ਦੇ, ਬੈਨਾ ਕਰ ਲੈ ਬਾਈ, ਚਵਾ ਕੇ ਦੇ ਦਾਂਗਾ ਆਪਾਂ। ਜੇ 20 ਕਿਲੋ ਦੁੱਧ ਹੋਇਆ ਤਾਂ ਲੈ ਜੇ, ਨਹੀਂ ਬੈਨਾ ਵਾਪਸ ਹੋ ਜੂ ਬੰਦੇ, ਡਬਲ ਵਾਪਸ ਕਰ। ਠੀਕ ਹੈ, 5-10 ਹਜ਼ਾਰ ਬੰਦਾ ਬੈਨਾ ਪਾ ਦੇਵੇ, ਤੇ ਜਿੱਦੇ ਪਰ 20 ਕਿਲੋ ਲੱਗਣਗੇ ਫਿਰ 20-25 ਦਿਨ। ਹਾਂਜੀ ਹਾਂ, 20-25 ਦਿਨ ਤਾਂ ਲਈ ਜਾਂਦਾ ਹੀ ਨਾਰਮਲ ਕੋਸ। ਠੀਕ ਹੈ ਵੀ 20 ਕਿਲੋ ਦੁੱਧ ਆਪਾਂ ਨੂੰ ਪਤਾ ਵੀ ਮਾਣ ਆ ਇਹਦੇ ਤੇ, ਵੀ 20 ਕਿਲੋ ਦੁੱਧ ਆਪਾਂ ਚਵਾ ਕੇ ਦੇ ਦਾਂਗੇ। 20 ਕਿਲੋ ਜੇ ਐਡੀ ਮਾਜ ਨੇ ਦਿੱਤਾ ਫੇਰ ਤਾਂ ਕੀ ਕਿਹੜੀ ਨੇ ਕੱਢਣਾ ਜੀ? ਇਹ ਆਪਣੇ ਕੋਲ ਆਈ ਕਿੱਥੋਂ ਸੀਗੀ? ਇਹ ਹਰਿਆਣੇ ਤੋਂ ਲਿਆਂਦੀ ਸੀ ਆਪਾਂ ਜੀ, ਹਸਾਰ ਚੋਂ। ਫਿਰ ਚੰਗੇ ਲਾ ਕੇ ਆਏ ਉੱਥੇ ਫਿਰ ਧੋਰੀ ਵਪਾਰ ਨੂੰ। ਸੋ ਫਿਰ ਲੇਵਾ ਵਗੈਰਾ ਦੇਖ ਸਕਦੇ ਹੋ, ਪੂਰੇ ਬੈੱਡ ਵਾਲੀ ਮੈਂ ਆ। 2 ਲੱਖ ਤੋਂ ਉੱਪਰ ਰੁਪਏ ਕਿਸੇ ਘਰ ਨੂੰ ਮੰਗੇ ਗਏ ਆ, ਇਹਦੇ ਕੁਆਲਿਟੀ ਇਹਦੇ ਵਿੱਚ ਹੈਗੀ ਆ। 2 ਲੱਖ ਦਾ ਰੇਟ ਇਹਨੂੰ ਸ਼ੂਟ ਕਰਦਾ, ਫੁੱਲ ਸਾਈਜ਼ ਆ, ਮੰਜਾ ਡੈਂਦਾ ਮੈਂ ਇਹਦੇ ਉੱਪਰ ਜਾਵਾਂ, ਫੁੱਲ ਪਲੀ ਆ। ਤੇ ਵੀਰੇ ਚਵਾਈ ਚਵੀ ਦੀ ਕਿਵੇਂ ਆ? ਚਵਾਈ ਚਵੀ ਇੱਕ ਨੰਬਰ ਆ ਜੀ, ਆਪਣੀ ਫੁੱਲ ਗਾਰੰਟੀ ਆ ਧਾਰਾਂ ਦੀ, ਭੂਰ ਸਰਲੇ ਦੀ। ਤੇ 2 ਜਣੇ ਬਿਠਾ ਲੈਂਦੀ ਆ? ਮੈਂ ਇੱਕ 2 ਜਣੇ ਆਰਾਮ ਨਾਲ ਜੀ। ਠੀਕ ਹੈ, ਸੋ 20 ਕਿਲੋ ਵਾਲੀ ਮੈਂ ਜੇ 2 ਕਿਲੋ, 2 ਬੰਦੇ ਨਾ ਬੈਠਣ ਦਾ ਸਵਾਦ ਹੀ ਨਹੀਂ ਹੁੰਦਾ। ਤੇ ਸਿੰਘ ਸੁੰਘ ਦੇਖੋ ਜਮਾ, ਕੁੰਡਾ ਸਿੰਘ ਇਹਦਾ, ਤੇ ਰਾਜੀ ਸਮੀ ਪਲੀ ਵੀ HLDB ਦਾ ਲੱਗਿਆ ਵਾ ਸੀਮਣ। ਸੋ ਲੇਵਾ ਵਗੈਰਾ ਨੇੜ ਤੋਂ ਦੇਖ ਸਕਦੇ ਹੋ, ਧੋਰੀ ਮੜਾ ਹੀ ਹੋਰ ਮੂਹਰ ਨੂੰ। ਤੇ ਬਾਕੀ ਥਾਣ ਤੁਹਾਨੂੰ ਦੇਖੋ ਨੇੜ ਤੋਂ, ਸੋਹਣਾ ਥਾਣਾ ਗੁੱਲੇ ਵਾਲਾ ਜਮਾ, ਸਾਫ਼ ਸੁਥਰਾ। ਸੋ 2,25,000 ਰੁਪਇਆ ਇਹਦੀ ਮੈਂ ਦੀ ਕੀਮਤ ਆ, ਚੌਥਾ ਸੂਆ ਮੈਂ ਸੂ ਰਹੀ ਆ। ਤੇ ਅੱਗੇ ਵੀਰੇ ਆਪਾਂ ਕੱਟਾ ਦੇਖੀ ਜਾਂਦੇ ਹਾਂ, ਇਹ ਆਪਣੇ ਉਸੇ ਮੈਂ ਦਾ ਆ ਗਿਆ? ਉਸੇ ਮੈਂ ਦਾ ਜੀ। ਹਾਂਜੀ, ਇਹ ਪਿਛਲੇ ਸੂਏ ਦਾ? ਕਦੋਂ ਪਿਛਲੇ ਦਾ? ਇਹ ਇਦੋਂ ਪਿਛਲੇ ਸੂਏ ਦਾ ਜੀ। ਠੀਕ ਆ, ਦੂਜੇ ਸੂਏ ਦਾ ਆ ਗਿਆ? ਦੂਜੇ ਸੂਏ ਦਾ ਆ ਗਿਆ, ਜਦੋਂ ਮੈਂ ਮੇਲੇ ਦੇ ਪਾਈ ਸੀ। ਜਦੋਂ ਮੇਲੇ ਦੇ ਪਾਈ ਉਦੋਂ ਕੱਟਾ ਨਾਲ ਸੀ? ਕੱਟਾ ਨਾਲ ਸੀ। ਇਹ ਕਿਹੜੇ ਸਾਂਡ ਦਾ ਬੱਚਾ? ਇਹ M29 ਦਾ ਜੀ। ਠੀਕ ਆ, M29 ਦਾ ਆ ਗਿਆ ਬੱਚਾ। ਦੰਦ ਤੋੜ ਗਿਆ ਕਿ ਨਹੀਂ ਤੋੜਿਆ? ਦੰਦ ਤੋੜ ਗਿਆ ਜੀ, 2 ਦੰਦ ਹੋ ਗਏ, ਸੈੱਟ ਕੇ 2 ਦੇ ਦੰਦ ਸੈੱਟ ਦੇ। ਠੀਕ ਆ, 2 ਕੇ ਦੰਦ ਕੱਢਣ ਲੱਗ ਗਿਆ ਹਨਾ? ਕੱਢਣ ਲੱਗ ਗਿਆ। ਤੇ ਇਹ ਆਪਾਂ ਹੁਣ ਕ੍ਰਾਸਿੰਗ ਕਰਾਉਨੇ ਆ ਤੋਂ? ਕ੍ਰਾਸਿੰਗ ਕਰਾਉਨੇ, ਇਹ ਕ੍ਰਾਸਿੰਗ ਲਈ ਤਿਆਰ ਆ। ਠੀਕ ਹੈ, ਕੀ ਫੀਸ ਲੈਨੇ ਆ? ਫੀਸ 800 ਰੁਪਇਆ ਜੀ। 800 ਰੁਪਇਆ? ਹਾਂਜੀ, 800 ਰੁਪਏ ਫੀਸ ਆ। ਆ ਸਕੰਜਾ ਆਪਣਾ ਘਰੇ ਬਣਿਆ ਵਾ, ਜੇ ਕਿਸੇ ਵੀ ਨੇ ਮੱਝ ਲਵਾਉਣੀ ਜਦੋਂ ਮਰਜ਼ੀ ਲਵਾ ਕੇ ਲੈ ਜੇ ਹਨਾ। ਹਾਂਜੀ ਹਾਂ, ਠੀਕ ਹੈ। ਸੋ ਵੀਰੋ, ਸਾਡੇ ਪਿੰਡਾਂ 'ਚ ਕੋਈ ਵੀ ਆ ਸਕਦਾ ਜੀ। ਤੇ ਟੇਲ ਜਮਾ ਜੈੱਡ ਬਲੈਕ ਆ ਗਈ ਜੀ? ਜੈੱਡ ਬਲੈਕ, ਪਿਓਰ ਜੈੱਡ ਬਲੈਕ ਆ ਜੀ, ਇੱਕ ਵਾਲ ਵੀ ਨਹੀਂ ਚਿੱਟਾ। ਠੀਕ ਹੈ। ਸੋ ਵੀਰੋ, ਕੱਟਾ ਲਵੀ ਉਮਰ ਦਾ ਜਮਾ, 800 ਰੁਪਏ ਦੀ ਫੀਸ ਆ। ਜੇਕਰ ਕਿਸੇ ਵੀਰ ਨੇ ਮੱਝ ਕ੍ਰਾਸ ਕਰਾਉਣੀ ਤਾਂ ਇਸ ਕੱਟੇ ਤੋਂ ਲਵਾ ਸਕਦੇ ਹੋ। ਬਹੁਤ ਸੋਹਣਾ M29 ਦਾ ਬਾਪ ਆ ਗਿਆ, ਤੇ 20 ਕਿਲੋ ਵਾਲੀ ਮੈਂ ਦਾ ਕੱਟਾ। ਸੋ ਸਿੰਘ ਸੁੰਘ ਦੇਖੋ ਕਿਆ ਬਤਾ ਪੂਰਾ ਲੈ ਚਲਾ ਵੀਰੇ ਬੰਦੇ ਕੱਟੇ ਨੂੰ। ਸੋ ਇਹ ਕੱਟਾ ਕ੍ਰਾਸਿੰਗ ਵਾਸਤੇ ਇਸ ਨੰਬਰ ਸੰਪਰਕ ਕਰ ਸਕਦੇ ਹੋ। ਸੋ ਵੀਰੋ, ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਤੇ ਵੀਰੇ ਨੰਬਰ ਬੋਲ ਦੇ ਦੁਬਾਰਾ ਆਪਣਾ। ਨੰਬਰ ਜੀ 790-67-421।
2 ਲੱਖ ਤੋਂ ਬਾਹਰ ਵੇਚਣੀਆਂ ਵਾ ਹਾਂਜੀ ਹਾਂ ਸੋ ਪਿੰਡ ਭਦੌੜ ਮੱਝੋਗੇ ਰੋਡ ਤੇ ਮੱਲੂਗਲ ਕੋਠੇ ਆ ਗਏ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਿਰਖ ਵਰਗ ਤੁਸੀਂ ਆਪ ਕਰਨੀ ਹੈ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ